ਸ਼ੈਤਾਨ ਜੀ ਬਿਸਮਿਲ੍ਲਾ ਰਹਿਮਾਨ ਰਹੀਮ, ਤੁਸੀਂ ਵੇਖ ਰਹੇ ਜੋ ਕਾੜਾ ਐਨੀਮਲ ਟੀ ਵੀ ਅਤੇ ਮੈਂ ਤੁਹਾਡਾ ਮੇਜ਼ਬਾਨ ਰਾਏ ਸਾਕਬ ਅਲੀ। ਮੁਝੇ ਦੇ ਫਕੀਰੀ ਉਸ ਸ਼ਾਨ ਕੀ ਜਿਸਕੀ ਜ਼ਮਾਨਾ ਮਿਸਾਲ ਦੇ, ਮੁਝੇ ਦੇ ਫਕੀਰੀ ਉਸ ਸ਼ਾਨ ਕੀ ਜਿਸਕੀ ਜ਼ਮਾਨਾ ਮਿਸਾਲ ਦੇ, ਮੁਝੇ ਬੇਸ਼ੁਮਾਰ ਦੌਲਤ ਕੀ ਤਲਬ ਨਹੀਂ ਹੈ, ਮੇਰੇ ਮਾਲਕ ਮੁਝੇ ਦੇ ਤੋ ਰਿਜ਼ਕੇ ਹਲਾਲ ਦੇ। ਸਭ ਬਿਹਤਰ ਲੁਕਮਾ ਉਹ ਹੈ ਜੋ ਮਿਹਨਤ ਸੇ ਕਮਾਇਆ ਜਾਏ, ਆਪਣੇ ਬੱਚੋਂ ਕੋ ਖਿਲਾਇਆ ਜਾਏ। ਅੱਜ ਜਨਾਬ ਅਸੀਂ ਨੂਰਸ਼ਾਹ ਦੇ ਇਲਾਕੇ 'ਚ ਪਹੁੰਚੇ ਹਾਂ। ਭਾਈ ਇਮਰਾਨ ਕੋਲ ਝੋਟੀ ਸੀ, ਪਹਿਲਾ ਵਾਰਾ ਡਿਲੀਵਰ ਕੀਤਾ ਸੀ, ਅਸੀਂ ਜੁਮੇ ਰਾਤ ਨੂੰ ਨੈੱਟ 'ਤੇ ਲਾਈ ਸੀ ਆਪਣਾ ਯੂਟਿਊਬ 'ਤੇ, ਅਤੇ ਗੁੱਜਰ ਸਾਹਿਬ ਆਏ ਨੇ ਭਾਈ ਹੋਰੀ ਜੀ, ਉਹਨਾਂ ਨੇ ਸਵਾਈ ਕੀਤੀ ਹੈ, ਬਾਅਦ 'ਚ ਉਹਨਾਂ ਨੇ ਪਾਸ ਕਰ ਲਈ, ਹੁਣ ਰਵਾਨਗੀ ਅਸੀਂ ਕਰਨ ਲੱਗੇ ਹਾਂ, ਤੁਹਾਨੂੰ ਅਸੀਂ ਵਿਖਾ ਦਿੰਦੇ ਹਾਂ, ਭਾਈ ਹੋਰਾਂ ਨਾਲ ਵੀ ਮਿਲਦੇ ਹਾਂ। ਅਸਲਾਮ ਵਾਲੇਕੁਮ, ਕਿ ਦੱਸਣਾ ਪਰਵੇਜ਼ ਹੈ ਜੀ ਮੇਰਾ। ਅੱਛਾ ਭਾਈ ਜਾਨ, ਜਿਹੜੀ ਝੋਟੀ ਤੁਸੀਂ ਨੈੱਟ 'ਤੇ ਵੇਖੀ ਯੂਟਿਊਬ 'ਤੇ, ਉੱਤੇ ਆਏ ਜੇ ਸਹੀ ਗੱਲ ਕਰਨੀ ਹੈ, ਉਹਦੇ ਨਾਲ ਉਹ ਦੁੱਗਣੀ ਤੁਹਾਨੂੰ ਦਿਸੀ ਹੈ ਕਿ ਉੱਨੀ ਦਿਸੀ ਹੈ? ਨਹੀਂ, ਦੁੱਗਣੀ ਦਿਸੀ। ਦੁੱਗਣੀ ਦਿਸੀ, ਹਾਂਜੀ। ਵੇਖ ਕੇ ਦਿਲ ਤਬੀਅਤ ਖੁਸ਼ ਹੋਈ? ਬਿਲਕੁਲ। ਬਾਕੀ ਕੁਛ ਬੰਦੇ ਘਰਾਂ 'ਚ ਬੈਠੇ ਡਰਦੇ ਰਹਿੰਦੇ ਨੇ, ਆਉਂਦੇ ਨੇ ਯਾਰ ਮੋਬਾਈਲ 'ਤੇ ਪਤਾ ਨਹੀਂ ਇੰਨੀ ਹੈ ਅਤੇ ਇੰਨੀ ਕਰ ਦੇਣਗੇ। ਮੈਂ ਅਕਸਰ ਵਿੱਚ ਇਹ ਗੱਲ ਕਰਨਾ ਹੁੰਦਾ, ਜਿਹੜਾ ਮੋਬਾਈਲ 'ਚ ਨੁਕਸੇ ਨਾ, ਜੇ ਉਹ ਇੰਨਾ ਨਾ ਵਾਲ ਭਰਤੇ ਉਹਨੇ ਉੱਨਾ ਹੀ ਦਿਸਣਾ, ਠੀਕ ਹੈ ਕਿ ਨਹੀਂ? ਅਸੀਂ ਲੁਕੋ ਨਹੀਂ ਲੈਣਾ, ਬਾਕੀ ਕੰਮ ਕਰੀਦਾ, ਮਿਹਨਤ ਕਰੀਦੀ ਹੈ। ਅਲਹਮਦੁਲਿਲਾ ਜਿਹੜਾ ਮੇਰਾ ਰਿਜ਼ਲਟ ਜਾ ਰਿਹਾ ਨਾ ਜਾਨਵਰ ਸੇਲ ਕਰਨ ਦਾ, ਅੱਲਾ ਮੇਰੇ ਦੇ ਹੁਕਮ ਨਾਲ 75% 100% ਜੋ 75% ਕਿਉਂਕਿ ਕੁਛ ਲੋਕ ਮੁੱਲ ਡਾਢਾ ਕਰ ਲੈਂਦੇ ਨੇ, ਫਿਰ ਉਹ ਜਾਨਵਰ ਵੇਚਣ ਵਾਲੇ ਪਾਸੇ ਨਹੀਂ ਜਾਂਦੇ, ਅਤੇ ਜਿਹੜੇ ਬੰਦੇ ਮੁੱਲ ਸਹੀ ਕਰਦੇ ਨੇ ਉਹਨਾਂ ਦਾ ਜਾਨਵਰ ਵੇਚ ਵੀ ਜਾਂਦਾ। ਅਤੇ ਭਾਈ ਇਮਰਾਨ ਝੋਟੀ ਦਾ 4.5 ਲੱਖ ਰੁਪਇਆ ਮੰਗਦਾ ਸੀ, ਬਲਕਿ 5, ਮੈਂ ਕਿਹਾ ਯਾਰ ਰੇਟ ਮਕੂਲ ਕਰ, ਜਿਹੜਾ ਕੋਈ ਮੇਰਾ ਭਰਾ ਵੇਖੇ ਅਤੇ ਆਪਣੇ ਕੋਲ ਆ ਜਾਵੇ। ਅਤੇ ਮੇਰੇ ਭਰਾ ਉਰੀ ਮਾਸ਼ਾਅੱਲਾ 5ਵੇਂ ਜ਼ਿਲ੍ਹੇ 'ਚੋਂ ਗੱਡੀ 'ਤੇ ਆਏ ਨੇ, ਪੈਟਰੋਲ ਸਾੜ ਕੇ ਕੋਈ 8-10 ਹਜ਼ਾਰ ਰੁਪਇਆ ਖਰਚਾ ਕਰਕੇ, ਬਾਕੀ 1 ਲੱਖ ਅਤੇ 60 ਹਜ਼ਾਰ ਦੀ ਝੋਟੀ ਇਹਨਾਂ ਨੇ ਖਰੀਦੀ ਹੈ। ਮਾਸ਼ਾਅੱਲਾ ਹੁਣ ਕੋਈ 10-12 ਹਜ਼ਾਰ ਰੁਪਇਆ ਵੈਗਨ ਦਾ ਕਿਰਾਇਆ ਵੀ, ਆਪਦੀ ਗੱਡੀ ਦਾ ਵੀ ਹੈ, ਅਤੇ ਬਾਕੀ ਜੇ ਦਿਲ ਇਹਨਾਂ ਦਾ ਠਾਰੇ ਤਾਂ ਫਿਰ ਤਾਂ ਸਾਡੇ 'ਤੇ ਰਾਜ਼ੀ ਨੇ। ਬਾਕੀ ਇਹਨਾਂ ਨੇ ਚੁਆਈ ਛੁਆਈ ਕੀਤੀ ਆ ਰਹੀ ਹੈ, ਅਤੇ ਹੁਣ ਤੁਸੀਂ ਦੱਸੋ ਸਾਡੇ ਕੰਮ ਤੋਂ ਕਿਵੇਂ ਵੀ, ਜਿਹੜਾ ਮੈਂ ਕੰਮ ਕਰ ਰਿਹਾ ਠੀਕ ਹੈ? ਅਤੇ ਹੁਣ ਤੂੰ ਕਿੱਧਰ ਜਾਂਦਾ ਰਿਹਾ ਉਹਰਾ? ਤਾਜ਼ਾ ਮਾੜਾ ਨੈੱਟ 'ਚ ਲਿਆਉਣਾ ਸੀ ਭਰਾ ਦਾ, ਕੋਈ ਇੰਟਰਵਿਊ ਵਿੱਚ ਲਿਆਉਣੇ। ਮਾਸ਼ਾਅੱਲਾ ਸਾਡੇ ਕੋਲ ਆਏ ਨੇ ਇੰਨੀ ਗਰਮੀ ਦੇ ਵਿੱਚ। ਕਿਹੜੀ ਜਗ੍ਹਾ ਤੋਂ ਆਏ? ਸ਼ੇਖੂਪੁਰਾ। ਸ਼ੇਖੂਪੁਰਾ, ਅਤੇ ਦੱਸੋ ਜੀ ਸਾਡਾ ਜਿਹੜਾ ਕੰਮ ਸ਼ਾਮ ਹੈ ਤੁਹਾਡੇ ਪਸੰਦ ਹੈ? ਕੀ ਮੈਸੇਜ ਦੇਣਾ ਚਾਹੁੰਦੇ ਜੇ ਬੰਦਿਆਂ ਨੂੰ ਜਿਹੜੇ ਮੇਰੇ ਨਾਲ ਅਟੈਚ ਨੇ, ਵੀ ਰਾਜ ਸਾਹਿਬ ਕੋਈ ਧੋਖਾ? ਮੈਸੇਜ ਇਹੀ ਹੈ ਕਿ ਫੋਨ ਕਰਕੇ ਆਓ, ਟਾਈਮ ਲੈ ਕੇ ਆਓ, ਆ ਕੇ ਚੀਜ਼ ਵੇਖ ਕੇ ਤਸੱਲੀ ਕਰਕੇ ਲੈ ਕੇ ਜਾਓ। ਅੱਛਾ, ਕੋਈ ਧੋਖਾ ਨਾ ਉਹਨਾਂ ਦੇ ਦਿਲ 'ਚ ਰਹੇ ਨਾ ਤੁਹਾਡੇ ਦਿਲ 'ਚ ਰਹੇ, ਬੰਦ ਕਰਦੇ ਯਾਰ। ਅਤੇ ਜੇ ਅਗਰ ਕੋਈ ਸਾਡੇ 'ਤੇ ਵੀ ਮੁਤਮਿਨ ਹੁੰਦਾ ਤਾਂ ਫਿਰ ਸਾਡਾ ਵੀ ਉਹ ਆਪਣੀ ਡੀਲਿੰਗ ਬੰਦਾ ਸਰ, ਆਪਦੇ ਬੰਦੇ ਦਾ ਦਿਲ ਹੁੰਦਾ ਕਿਸੇ ਦੀ ਕਿੰਨੀ ਬਹਿ ਕੇ ਲੈ ਲਓ, ਬਹਿ ਜਾਓ, ਦੇਖੋਗੇ ਨਹੀਂ ਮੇਰਾ ਦਿਲ ਨਹੀਂ ਤੁਹਾਡੇ 'ਤੇ ਵੱਜਦਾ ਪਿਆ ਸੀ, ਬਕਾਇਆ 4 ਲੱਖ ਰੁਪਈਆ ਤੁਸੀਂ ਉੱਧਰੋਂ ਮੈਨੂੰ ਮੈਸੇਜ ਤੁਹਾਡੇ ਵੱਲੋਂ ਹੋ ਗਿਆ ਵੀ ਪੈਸੇ ਹੋ ਗਏ ਨੇ, ਨੈਟਵਰਕ ਦਾ ਮਸਲਾ ਮੇਰੇ ਵੱਲੇ ਨਹੀਂ ਹੋ ਰਿਹਾ ਸੀ, ਮਾਲਕ ਜਿਹੜੇ ਨੇ ਉਹ ਕਹਿ ਰਹੇ ਸਾਨੂੰ ਪੈਸਿਆਂ ਦਾ ਮੈਸੇਜ ਆ ਗਿਆ, ਤਾਂ ਫਿਰ ਲੈ ਲਿਆ, ਵੇਖ ਕੇ ਲੈਣਾ ਸੁਣਨਾ ਤੇ। ਵੈਰੀ ਗੁੱਡ, ਇਹ ਮੈਸੇਜ ਬੜਾ ਅੱਛਾ ਦਿੱਤਾ ਜੀ, ਭਾਈ ਵੀ ਕਹਿੰਦੇ ਨੇ ਜਾਨਵਰ ਵੇਖ ਕੇ। ਅੱਛਾ ਜੀ, ਇਹ ਭਾਈ ਇਮਰਾਨ ਦੀ, ਭਾਈ ਇਮਰਾਨ ਤੁਸੀਂ ਕੁਛ ਕਹਿਣਾ ਚਾਹੁੰਦੇ ਜੀ? ਹਾਂ, ਮੋਰੀ ਸ਼ੋਰੀ ਪਾਓ, ਇਹ ਵੇਖੋ ਜੀ ਮਾਸ਼ਾਅੱਲਾ ਭਾਈ ਹੋਰੀ ਸਾਡੇ ਕੋਲ ਆਏ ਨੇ, ਆ ਕੇ ਇਹਨਾਂ ਨੇ ਜਾਨਵਰ ਪਸੰਦ ਕੀਤਾ, ਸਾਡੇ ਡਰਾਈਵਰ ਸਾਹਿਬ ਨੇ ਮਾਸ਼ਾਅੱਲਾ। ਇਹ ਦੱਸੋ ਜੀ ਪਾਕਿਸਤਾਨ 'ਚ ਜਿੱਥੇ ਵੀ ਤੁਹਾਨੂੰ ਜਾਨਵਰ ਚਾਹੀਦਾ ਹੋਵੇ, ਅਲਹਮਦੁਲਿਲਾ ਇਹ ਤੁਹਾਡੇ ਘਰ। ਹਾਂਜੀ ਬਿਲਕੁਲ, ਔਰ ਗਰੰਟਡ ਹਰ ਚੀਜ਼ ਦੀ ਇਹਦੀ ਸਾਡੀ ਗਰੰਟੀ ਹੈ, ਜਿਹੜਾ ਬੰਦਾ ਸਾਡੇ ਨਾਲ ਅਟੈਚ ਹੁੰਦਾ ਔਨਲਾਈਨ ਪੈਸੇ ਸਾਨੂੰ ਦਿੰਦਾ, ਸਾਡਾ ਭਰਾ ਉਹਦੇ ਘਰ ਜਾਨਵਰ ਜਾ ਕੇ ਜਾਏਗਾ। ਬਾਕੀ ਇਹਦਾ ਵੀ ਖਿਆਲ ਕਰਿਆ ਕਰੋ, ਕਿਉਂਕਿ ਮਾਸ਼ਾਅੱਲਾ ਇਹ ਵੀ ਬੜੀ ਚਾਹਤ ਨਾਲ ਜਾਂਦਾ, ਅਤੇ ਹੁਣ ਤੁਹਾਨੂੰ ਜਾਨਵਰ ਵੀ ਵਹਾਉਂਦੇ ਹਾਂ। ਬਾਕੀ ਇਮਰਾਨ ਭਾਈ ਹੁਣ ਜਾਨਵਰ ਜਿਹੜਾ ਹੈ, ਇਹ ਮਾਸ਼ਾਅੱਲਾ ਪਿਓਰ ਨੀਲੀ ਦੀ ਝੋਟੀ ਹੈ, ਥੱਲੇ ਕੱਟੀ, ਕਿਆ ਹੀ ਕਹਿਣੇ ਨੇ, ਅੱਲਾਹ ਤਾਲਾ ਇਹਨਾਂ ਦੇ ਨਸੀਬਾਂ 'ਚ ਕਰੇ। ਅਤੇ ਮਾਸ਼ਾਅੱਲਾ ਚੁਆਈ ਕੀਤੀ ਹੈ, ਚੁਆਈ ਨਹੀਂ ਵਿੱਚ ਲਿਆਂਦੀ, ਬਾਕੀ ਮਾਸ਼ਾਅੱਲਾ ਦੁੱਧ ਸ਼ੁੱਧ ਜਿਹੜਾ ਨਾ
ਚੈੱਕ ਕਰਾ ਦਿੱਤਾ ਹੈ ਅਤੇ ਉਹਨੇ ਦੀ ਜਿਹੜੀ ਰਵਾਨਗੀ ਇਹਨਾਂ ਕੋਲ ਮਾਸ਼ਾਅੱਲਾ ਹੋਰ ਵੀ ਜਾਨਵਰ ਖੜੋਤੇ ਨੇ, ਕੋਈ ਬੰਦਾ ਖਰੀਦਦਾਰੀ ਕਰਨਾ ਚਾਹੇ ਇਹਨਾਂ ਦਾ ਨੈੱਟ 'ਤੇ ਨੰਬਰ ਚੱਲ ਰਿਹਾ ਭਾਈ। ਸਾਡੀ ਤਾਂ ਮਿਹਨਤ ਇਹ ਹੀ ਹੁੰਦੀ ਭਰਾਵਾਂ ਨੂੰ ਅੱਛੇ ਜਾਨਵਰ ਮਿਲਣ। ਅੱਛਾ ਜੀ ਵੇਖੋ ਨਾ ਹੁਣ ਇਹ ਮਾਸ਼ਾਅੱਲਾ ਭਾਈ ਤੁਸੀਂ ਸ਼ੇਖੂਪੁਰ ਤੋਂ ਆਏ ਜੇ ਤੁਹਾਨੂੰ ਕੀ ਪਤਾ ਵੀ ਐਡੀ ਚੰਗੀ ਝੋਟੀ ਕਿਹੜੀ ਜਗ੍ਹਾ 'ਤੇ ਖੜੋਤੀ ਹੈ ਅਤੇ ਇਹ ਪਾਕਿਸਤਾਨ ਯੂਟਿਊਬ ਜ਼ਿੰਦਾਬਾਦ। ਮੇਰਿਆਂ ਭਰਾਵਾਂ ਨੇ ਮੋਬਾਈਲ 'ਤੇ ਚੈੱਕ ਕੀਤਾ ਹੈ ਅਤੇ ਗੱਡੀ ਨੂੰ ਮਾਰੀ ਹੈ ਜਨਾਬ ਚਾਬੀ ਜਾਂ ਕੇਕ ਕਹਿ ਲਓ ਅਤੇ ਸਾਡੇ ਕੋਲ ਪਹੁੰਚ ਆਏ ਨੇ ਅਤੇ ਝੋਟੀ ਵੇਖ ਕੇ ਮਾਸ਼ਾਅੱਲਾ ਖੁਸ਼ ਹੀ ਹੋਏ ਨੇ। ਬਾਕੀ ਰਾਏ ਤੁਹਾਡੇ ਲਈ ਮਿਹਨਤਾਂ ਕੋਸ਼ਿਸ਼ਾਂ ਕਰਦਾ ਰਹੇਗਾ ਅਤੇ ਅੱਲਾ ਮੇਰੇ 'ਤੇ ਹੁਕਮ ਨਾਲ ਇਨਸ਼ਾਅੱਲਾ ਤਾਲਾ ਜੋ ਵੀ ਇਹ ਤਰੀਕਾਕਾਰ ਚੱਲ ਪੁੱਤਰ ਚੱਲ ਚੱਲ ਮਿਹਨਤਾਂ ਅਤੇ ਕੋਸ਼ਿਸ਼ਾਂ ਤੁਹਾਡੇ ਲਈ ਕਰਦੇ ਰਹਾਂਗੇ ਹੈ ਚੱਲ ਪੁੱਤਰ ਚੱਲ। ਥੋੜ੍ਹੀ ਜਿਹੀ ਝੋਟੀ ਡਰਦੀ ਪਈ ਜੇ ਬਾਕੀ ਜੀ ਮੈਂ ਇਹ ਗੱਲ ਜ਼ਰੂਰ ਕਰਨਾ ਕਿ ਜਿਹੜਾ ਨਾ ਯੂਟਿਊਬ ਪਾਕਿਸਤਾਨ ਜ਼ਿੰਦਾਬਾਦ ਇਹਦੇ ਨਾਲ ਜਿਹੜਾ ਨਾ ਕਿਸੇ ਕੋਨੇ 'ਤੇ ਵੀ ਜਾਨਵਰ ਖਲੋਤਾ ਹੈ ਤੁਸੀਂ ਵੇਖਦੇ ਜੇ ਉਹਦੀ ਆਪਾਂ ਜੇ ਅਗਰ ਤੁਹਾਡੀ ਤੁਸੀਂ ਸਾਡੇ 'ਤੇ ਮੁਤਮਿਨ ਹੁੰਦੇ ਜੇ ਤਾਂ ਵੀ ਠੀਕ ਹੈ, ਨਹੀਂ ਤਾਂ ਖੁਦ ਆ ਕੇ ਆਪਦਾ ਜਾਨਵਰ ਪਸੰਦ ਕਰਕੇ ਲਿਜਾ ਸਕਦੇ ਜੇ। ਭਾਈ ਇਮਰਾਨ ਨੇ ਮਾਸ਼ਾਅੱਲਾ ਇਹਨਾਂ ਕੋਲ ਬੜੇ ਜ਼ਬਰਦਸਤ ਜਾਨਵਰ ਹੁੰਦੇ ਨੇ, ਬਾਕੀ ਇਹਨਾਂ ਕੋਲ ਚਾਰ ਝੋਟੀਆਂ ਹੋਰ ਵੀ ਖਲੋਤੀਆਂ ਨੇ, ਕੋਈ ਮੇਰਾ ਭਰਾ ਆਵੇ ਆ ਕੇ ਪਸੰਦ ਕਰਕੇ ਲਿਜਾ ਸਕਦਾ। ਬਾਕੀ ਹੁਣ ਗੱਡੀ ਦਾ ਨੰਬਰ ਸ਼ੰਬਰ ਇਹ ਪੱਕਾ ਡਰਾਈਵਰ ਸਾਡੇ ਨਾਲ ਅਟੈਚ ਹੈ ਜੀ ਮਾਸ਼ਾਅੱਲਾ। ਕਿਸੇ ਜਗ੍ਹਾ 'ਤੇ ਵੀ ਪਾਕਿਸਤਾਨ 'ਚ ਡਿਲੀਵਰੀ ਚਾਹੀਦੀ ਹੋਵੇ ਜਾਨਵਰ ਪਸੰਦ ਆ ਜਾਵੇ ਅੱਲਾ ਮੇਰੇ ਦੁੱਖ ਨਾਲ ਘਰ ਪਹੁੰਚਾਏਗਾ। ਬਾਕੀ ਹਾਂਜੀ ਬਸ ਗਿਆ ਆਪਾਂ ਸਿਰਫ ਮੈਂ ਨਾ ਠੀਕ ਹੈ ਭਾਈ ਸਜਾਦ ਅੱਲਾ ਦੇ ਸਪੁਰਦ ਅੱਲਾ ਤਾਲਾ ਤੁਹਾਨੂੰ ਤੁਹਾਡੀ ਮੰਜ਼ਿਲ ਤੇ ਖੈਰੀ ਸਲਾਮਤੀ ਪਹੁੰਚਾਏ ਮਿਹਰਬਾਨੀ ਵੀ ਸ਼ੁਕਰੀਆ ਸਾਡਾ ਹਾਂਜੀ ਠੀਕ ਹੋ ਗਿਆ ਠੀਕ ਹੈ ਜੀ ਅੱਲਾ ਦੇਖ ਲਓ ਅਸਲਾਮ ਅਲੈਕੁਮ। ਅੱਛਾ ਭਾਈ ਜਾਨ ਤੁਹਾਨੂੰ ਵਹਾਣ ਦਾ ਮਕਸਦ ਇਹ ਹੁੰਦਾ ਵੀ ਅਸੀਂ ਜਿਹੜਾ ਨਾ ਕੰਮ ਕਰ ਰਹੇ ਹਾਂ ਮਾਸ਼ਾਅੱਲਾ ਭਾਈ ਅਕਰਮੁਰੀ ਦੇ ਛੋਟੇ ਵੀਰ ਹੈ ਝੋਟੀ ਬਲਕਿ ਕੱਲ ਇਹਨਾਂ ਦੀ ਸੇਲ ਹੋ ਗਈ ਸੀ ਕਾਜ ਬਾਕੀ ਵੀ ਇਹਨਾਂ ਕੋਲ ਝੋਟੀਆਂ ਚਾਰ ਖਲੋਤੀਆਂ ਸੋਹਣੀਆਂ ਨੇ। ਅਗਰ ਕੋਈ ਮੇਰਾ ਭਰਾ ਵੀਡੀਓ ਵੇਖ ਰਿਹਾ ਭਾਈ ਅਕਰਮ ਦਾ ਨੰਬਰ ਦਿੰਦੇ ਹਾਂ ਇਹਨਾਂ ਕੋਲ ਦੋ ਪਹਿਲਣਾਂ ਝੋਟੀਆਂ ਨੇ ਬੜੀਆਂ ਜ਼ਬਰਦਸਤ, ਤੁਸੀਂ ਆਪ ਹੀ ਇਹਨਾਂ ਨਾਲ ਰਾਬਤਾ ਕਰ ਸਕਦੇ ਜੀ ਇਹਨਾਂ ਕੋਲ ਆ ਕੇ ਖਰੀਦਦਾਰੀ ਕਰ ਸਕਦੇ ਜੀ। ਭਾਈ ਅਕਰਮ ਆਪਦਾ ਨੰਬਰ ਦਿਓ 0342-0495-35 ਦੁਬਾਰਾ 0342-0495-35 ਹਾਂਜੀ ਠੀਕ ਹੋ ਗਿਆ ਜੀ। ਸਾਡਾ ਰਾਬਤਾ ਨੰਬਰ ਹੈਗਾ ਜੀ 0314-3976-252 0314-3976-252 ਇਹੀ ਵਟਸਐਪ ਨੰਬਰ ਜੀ ਇਹੀ ਲੋਕਲ ਨੰਬਰ 'ਤੇ ਜਾਨਵਰ ਵਹਾ ਦਿਓ। ਮਾਸ਼ਾਅੱਲਾ ਭਾਈ ਅਕਰਮ ਕੋਲ ਜਾਨਵਰ ਬੜੇ ਜ਼ਬਰਦਸਤ ਨੇ ਝੋਟੀ ਦੇ ਇਹ ਜੀ ਦੂਸਰਾ ਵਾਰਾ ਨੇ ਡਿਲੀਵਰ ਕਰਨਾ ਝੋਟੀ ਨੇ ਮਾਸ਼ਾਅੱਲਾ ਬੜੀ ਜ਼ਬਰਦਸਤ ਹੈ ਇਹ ਪਹਿਲੇ ਨੇ ਭਾਈ ਮਾਸ਼ਾਅੱਲਾ ਬਹੁਤ ਖੂਬਸੂਰਤ ਝੋਟੀ ਹੈ। ਬਾਕੀ ਕਿਸੇ ਮੇਰੇ ਭਰਾ ਦੇ ਪਸੰਦ ਆਵੇ ਇਹਨਾਂ ਨਾਲ ਤੁਸੀਂ ਰਾਬਤਾ ਕਰਕੇ ਖਰੀਦਦਾਰੀ ਕਰ ਸਕਦੇ ਹਾਂਜੀ। ਇਹ ਵੀ ਪਹਿਲੇ ਨੇ ਜਿਹੜੀ ਇਹ ਵੀ ਪਹਿਲੇ ਨੇ ਜੀ ਮਾਸ਼ਾਅੱਲਾ ਬੜੀ ਖੂਬਸੂਰਤੀ ਝੋਟੀ ਦੀ। ਬਾਕੀ ਜੋ ਕੁਛ ਵੀ ਹੈ ਇਨਸ਼ਾਅੱਲਾ ਤਾਲਾ ਗਾਂ ਵੀ ਯਾਨੀ ਕਿ ਜਾਨਵਰ ਬੜੇ ਜ਼ਬਰਦਸਤ ਇਹਨਾਂ ਕੋਲ ਹੁੰਦੇ ਨੇ, ਤੁਹਾਨੂੰ ਜਨਾਬ ਆਪਦਾ ਜਿਹੜਾ ਕੰਮ ਸ਼ਾਮ ਨੇ ਉਹੀ ਤੁਹਾਨੂੰ ਵਹਾਈਦਾ ਹੈ। ਇਹ ਮੇਰੇ ਭਰਾ ਨੇ ਜਿਨ੍ਹਾਂ ਨੇ ਖਰੀਦਦਾਰੀ ਕੀਤੀ ਅਤੇ ਸਾਡੇ ਕੋਲ ਆ ਕੇ ਇਤਮਾਦ ਕੀਤਾ ਜਾਨਵਰ ਖਰੀਦਿਆ ਅਤੇ ਭਾਈ ਅਕਰਮ ਠੀਕ ਹੋ ਗਿਆ ਫਿਰ ਹੈ ਓਕੇ ਹੋ ਗਿਆ। ਆ ਜੀ ਮਾਸ਼ਾਅੱਲਾ ਰਵਾਨਗੀ ਹੋ ਗਈ ਹੈ ਜਾਨਵਰ ਲੈ ਕੇ ਮਾਲਕ ਆਏ ਨੇ। 360,000 ਦੀ ਝੋਟੀ ਦੀ ਖਰੀਦਦਾਰੀ ਕੀਤੀ ਹੈ। ਹਾਂ ਜੀ ਮੈਂ ਨਹੀਂ ਤੁਹਾਡੇ ਨਾਲ ਜਾਂਦਾ ਨਹੀਂ ਅੱਛਾ ਪਤਾ ਕੀ।